ਸਤਿ ਸ਼੍ਰੀ ਅਕਾਲ ਪੰਜਾਬੀ ਖਬਰਾਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਦੀਵਾਲੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਚ ਕੀਤਾ ਵੱਡਾ ਧਮਾਕਾ ਕਾਂਗਰਸ ਤੋਂ ਦਿੱਤਾ ਅਸਤੀਫਾ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਕੀਤਾ ਐਲਾਨ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਕਪਾਹ ਦੀ ਚੁਗਾਈ ਕਰਨ ਵਾਲੇ ਮਜ਼ਦੂਰਾਂ ਲਈ ਰਾਹਤ ਰਾਸ਼ੀ ਵਿਦਾਇੀ ਮੁਆਵਜ਼ੇ ਲਈ ਕੁੱਲ ਫੰਡਾਂ ਦੇ ਵੱਧੂ 10% ਫੰਡਾਂ ਦਾ ਐਲਾਨ ਕੀਤਾ। ਦਿੱਲੀ 'ਚ ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਹੋਈ ਬਹੁਤ ਖਰਾਬ ਅੱਜ ਹਵਾ ਦੀ ਗੁਣਵੱਤਾ ਦਾ ਪੱਧਰ ਰਿਹਾ 314 ਆਉਣ ਵਾਲੇ ਦਿਨਾਂ 'ਚ ਹਵਾ ਦੀ ਗੁਣਵੱਤਾ ਘਟਣ ਦਾ ਖਦਸ਼ਾ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਦੀਵਾਲੀ ਤੋਂ ਪਹਿਲਾਂ ਵੱਡਾ ਧਮਾਕਾ ਹੋਇਆ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਖੋ ਜਾਣ ਤੋਂ ਬਾਅਦ ਕਾਂਗਰਸ ਛੱਡਣ ਦਾ ਐਲਾਨ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾਂਗਰਸ ਨਾਲੋਂ ਨਾਤਾ ਪੂਰੀ ਤਰ੍ਹਾਂ ਤੋੜਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਕੈਪਟਨ ਨੇ ਨਾਲ ਦੀ ਨਾਲ ਆਪਣੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਤ ਪੰਨਿਆਂ ਦਾ ਲੰਮਾ ਚੌੜਾ ਅਸਤੀਫਾ ਭੇਜਿਆ ਜਿਸ ਵਿੱਚ ਉਹਨਾਂ ਨੇ ਕਈ ਗਿਲੇ ਸ਼ਿਕਵੇ ਕੀਤੇ ਨੇ ਕੈਪਟਨ ਨੇ ਕਿਹਾ ਕਿ ਉਹਨਾਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹਾਈ ਕਮਾਂਡ ਨੇ ਮੈਨੂੰ ਪੂਰਾ ਮਾਨ ਸਨਮਾਨ ਨਹੀਂ ਦਿੱਤਾ ਉਹਨਾਂ ਨੇ ਇੱਕ ਵਾਰ ਫੇਰ ਪੰਜਾਬ ਵਿੱਚ ਆਪਣੀ ਸਰਕਾਰ ਵੱਲੋਂ 92% ਦੀ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਸਾਪ ਦਾ ਕੈਬਨਿਟ ਮੰਤਰੀ ਤੇ ਪਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਤੇ ਸਵਾਗਤ ਕਰਦੇ ਹਾਂ ਕਿਹਾ ਕਿ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਬਦਲਾ ਦਿਖੇਗਾ ਉਹਨਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਦਾ ਸਵਾਗਤ ਕਰਦੇ ਹਾਂ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਨਾਮ ਦੇ ਵਿੱਚ ਕਾਂਗਰਸ ਸ਼ਬਦ ਇਸ ਕਰਕੇ ਰੱਖਿਆ ਗਿਆ ਹੈ ਕਿ ਉਸ ਪਾਰਟੀ ਦੇ ਵਿੱਚ ਇਕੱਲੇ ਨਹੀਂ ਸਗੋ ਕਾਂਗਰਸ ਪਾਰਟੀ ਦੇ ਵਿੱਚ ਜੇਕਰ ਕੋਈ ਹੋਰ ਵਿਅਕਤੀ ਵੀ ਇਹਨਾਂ ਨੂੰ ਜੁਆਇਨ ਕਰਨ ਦਾ ਇੱਛੁਕ ਹੈ ਤਾਂ ਉਹ ਵਿਅਕਤੀ ਵੀ ਇਸ ਪਾਰਟੀ ਦੇ ਵਿੱਚ ਆ ਸਕਦਾ ਹੈ ਇਹ ਤਾਂ ਥੋੜੇ ਦਿਨ ਲੇਟ ਹੋ ਗਈ ਕੈਪਟਨ ਸਾਹਿਬ ਨੇ ਤਾਂ ਬਹੁਤ ਦਿਨ ਪਹਿਲਾਂ ਅਨਾਉਂਸ ਕਰਤਾ ਸੀ ਕਿ ਮੈਂ ਕਾਂਗਰਸ ਵੀ ਛੱਡਤੀ ਚੀਫ ਮਿਨਿਸਟਰ ਵੀ ਛੱਡਤੀ ਤੇ ਮੈਂ ਆਪਣੀ ਪਾਰਟੀ ਬਣਾਉਣਾ ਔਰ ਆਪਣੀ ਪਾਰਟੀ ਬਣਾ ਕੇ ਪੰਜਾਬ ਦਾ ਇਲੈਕਸ਼ਨ ਲੜੂੰਗਾ ਔਰ ਗੱਟਬੰਧਨ ਚ ਚੋਣ ਲੜੂੰਗਾ ਸੋ ਮੈਂ ਸਮਝਦਾ ਕਿ ਸਾਡੀ ਪਾਰਟੀ ਵੱਲੋਂ ਤਾਂ ਪਹਿਲੇ ਉਹਨਾਂ ਦਾ ਸਵਾਗਤ ਕੀਤਾ ਜਾ ਚੁੱਕਾ ਗੱਟਬੰਧਨ ਵਾਸਤੇ ਵੀ ਸਾਡੇ ਜੋ ਪਰਿਵਾਰੀ ਗੌਤਮ ਜੀ ਉਹਨਾਂ ਨੇ ਕਹਿਤਾ ਸੀ ਪਰ ਹੁਣ ਉਹ ਪਾਰਟੀ ਬਣਾ ਲਈ ਕਈਆਂ ਲੱਗਦਾ ਤਾਂ ਵਿਸ਼ਾ ਇਹਦੇ ਵਾਪਸ ਚੱਲ ਜਾਣਗੇ ਚੰਨੀ ਸਾਹਿਬ ਕਹਿੰਦੇ ਦਿਨੋਂ ਵਾਪਸ ਲਿਆਉਣੀ ਤਾਂ ਸਾਡਾ ਨੁਕਸਾਨ ਬੜਾ ਹੋਗਾ ਸਿੱਧੂ ਗੰਦਰ ਤੇ ਨਹੀਂ ਆਣਾ ਚਾਹੀਦਾ ਸੋ ਉਹ ਜਿਹੜੀਆਂ ਦੀ ਆਪਸ ਦੀ ਰਸਤਾ ਕਿਸੇ ਤੀ ಕಾಂಗ್ರೆਸ ਦੇ ਵਿੱਚ ਕਿ ਕੌਣ ਵਾਪਸ ਆਊਗਾ ਕੌਣ ਜਾਊਗਾ ਉਹਨਾਂ ਨੇ ਸਾਰੇ ਗੱਲਾਂ ਨੂੰ ਵਿਰਾਮ ਦਿੱਤਾ ਚੁੱਪ ਕਰਾਤੇ ਔਰ ਅੱਜ ਉਹ ਇੱਕ ਆਪਣੀ ਪਾਰਟੀ ਬਣਾ ਕੇ ਪੰਜਾਬ ਤੇ ਖੜੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੀ ਸਰਕਾਰ ਕਪਾਹ ਦੀ ਚੁਗਾਈ ਕਰਨ ਵਾਲੇ ਮਜ਼ਦੂਰਾਂ ਲਈ ਰਾਹਤ ਰਾਸ਼ੀ ਵਧਾ ਰਹੀ ਹੈ। ਮੇਰੀ ਸਰਕਾਰ ਨੇ ਮੁਆਵਜ਼ੇ ਲਈ ਕੁੱਲ ਫੰਡਾਂ ਦੇ ਵੱਧ ਤੋਂ 10% ਫੰਡਾਂ ਦਾ ਐਲਾਨ ਕੀਤਾ ਹੈ। ਮੈਂ ਮਾਲੀਆ ਵਿਭਾਗ ਨੂੰ ਦੀਵਾਲੀ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਮੁਆਵਜ਼ੇ ਦੀ ਰਕਮ ਕ੍ਰੈਡਿਟ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੰਨੀ ਛਾ ਮੁਹਿੰਮ ਦੇ ਤਹਿਤ ਸਰਦੂਲਗੜ ਪਹੁੰਚੇ। ਸਰਦੂਲਗੜ ਵਿਖੇ ਪਹੁੰਚ ਕੇ ਉਨ੍ਹਾਂ ਨੇ ਸ਼ਹਿਨਾਈ ਪੈਲੇਸ ਵਿੱਚ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਨੰਨੀ ਛਾ ਮੁਹਿੰਮ ਦੇ ਤਹਿਤ ਸਿਖਲਾਈ ਲੈ ਚੁੱਕੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਬੂਟੇ ਵੰਡੇ ਤੇ ਨਾਲ ਹੀ ਸਰਟੀਫਿਕੇਟ ਦਿੱਤੇ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਵਿਰੋਧੀਆਂ ਤੇ ਵਰਦਿਆਂ ਕਹੇ ਕਿ ਚੰਨੀ ਮੁੱਖ ਮੰਤਰੀ ਕਹਿਲਾਨਾ ਦਾ ਮੁੱਖ ਮੰਤਰੀਏ ਜੋ ਹਰ ਰੋਜ਼ ਨਵੇਂ-ਨਵੇਂ ਐਲਾਨ ਕਰ ਰਹੇ ਨੇ ਉਹਨਾਂ ਕਹੇ ਕਿ ਇਹ ਸਭ ਵੋਟਰਾਂ ਨੂੰ ਪਰਮਾਉਣ ਦੇ ਲਈ ਨਿਤ ਨਵੇਂ ਐਲਾਨ ਕਰ ਰਹੇ ਪਰ ਲੋਕ ਇਹ ਦੇਖੋ ਐਲਾਨੀਆਂ ਮੁੱਖ ਮੰਤਰੀ ਸਾਹਿਬ ਹੈਗੇ ਪਹਿਲੇ ਮਜਬੂਰੀ ਦੇ ਨਾਲ ਬਣਾਏ ਗਏ ਤੇ ਹੁਣ ਜਿੱਥੇ ਆਸ ਸੀਗੀ ਕਿ ਕਹਿੰਦੇ ਸੀ ਗਰੀਬ ਪਰਿਵਾਰ ਤੋਂ ਆਏ ਨੇ ਤੇ 100 ਦਿਨਾਂ ਵਿੱਚ ਗਰੀਬਾਂ ਵਾਸਤੇ ਬਹੁਤ ਕੁਝ ਕਰਨਗੇ ਲੇਕਿਨ ਅਫਸੋਸ ਦੀ ਗੱਲ ਕਿ ਇੱਕ ਦੇ ਬਾਅਦ ਇੱਕ ਐਲਾਨ ਜ਼ਰੂਰ ਕੀਤੇ ਜਾ ਰਹੇ ਨੇ ਲੋਕਾਂ ਦੇ ਕਰੋੜਾਂ ਰੁਪਏ ਖਜ਼ਾਨੇ ਤੋਂ ਕੱਢ ਕੇ ਵੱਡੇ ਵੱਡੇ ਇਸ਼ਤਿਹਾਰ ਬੋਰਡ ਲਗਾਏ ਜਾ ਰਹੇ ਨੇ ਲੇਕਿਨ ਪਾਵੇਂ ਨਰਮੇ ਦੇ ਮੁਆਵਜ਼ੇ ਦੀ ਮਾਫੀ ਹੋਏ ਜਾਂ ਘਰ ਘਰ ਨੌਕਰੀ ਦੀ ਹੋਏ ਜਾਂ ਬਿਜਲੀ ਦੇ ਬਿੱਲਾਂ ਦੀ ਹੋਏ ਇਹ ਪਲਾਟਾਂ ਦੀ ਹੋਏ ਇਹ ਸਾਰੇ ਐਲਾਨ ਤਾਂ ਹੀ ਸੀਮੇ ਤੇ ਟਾਈਮ ਟਪਾ ਰਹੇ ਨੇ ਕਿ ਚੋਣ ਜਾਬਤਾ ਲੱਗ ਜਾਏ ਤੇ ਐਲਾਨਾਂ ਦੇ ਨਾਲ ਹੀ ਮੇਰੀ ਇੰਨੀ ਹਵਾ ਬਣ ਜਾਏ ਕਿ ਦੁਬਾਰਾ ਮੈਨੂੰ ਮੌਕਾ ਮਿਲ ਜਾਏ ਹਕੀਕਤ ਆ ਹੈ ਕਿ ਜਦ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਛੱਡੀ ਸੀ ਉਸ ਟਾਈਮ ਅਸੀਂ 2 ਰੁਪਏ 86 ਰੁਪਏ 2.86 ਰੁਪਏ ਦੇ ਆਪਾਂ ਬਿਜਲੀ ਖਰੀਦੇ ਸੀਗੇ ਜਿਹੜਾ ਹੁਣ ਇਹਨਾਂ ਦਾ 12 ਰੁਪਏ ਤੱਕ ਇਹਨਾਂ ਨੇ ਪਹੁੰਚਾ ਦਿੱਤੀ ਹੈ ਸੋ ਇੱਕ ਤਰੀਕੇ ਦੇ ਨਾਲ ਮਾਫ ਕਰਨਾ 10 ਗੁਣਾ ਬੋਝ ਬਿਜਲੀ ਦੇ ਬਿੱਲ ਵਧਾ ਕੇ ਇੱਕ ਮਹੀਨੇ ਦਾ ਐਲਾਨ ਕਰਨਾ ਤੇ ਜਬਤੇ ਦੇ ਬਾਅਦ ਜਿਵੇਂ ਉਹ ਬਕਾਇਆ ਆ ਨਹੀਂ ਜਾਂ ਸੀਗਾ ਜਦ ਇਹਨਾਂ ਨੇ ਕਿਹਾ ਸੀ ਕਰਜ਼ਾ ਮਾਫੀ ਕੈਪਟਨ ਸਾਹਿਬ ਨੇ ਲੋਕਾਂ ਨੇ ਆਪਣੀ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ ਆਹੀ ਦੁਬਾਰਾ ਖੇਡ ਚੰਨੀ ਸਾਹਿਬ ਖੇਡ ਰਹੇ ਨੇ ਕਿ ਤੁਹਾਡੇ ਆ ਬਿੱਲ ਫਲਾਟ ਮਕਾ ਮਾਫ ਲੋਕੀ ਭਰਨਾ ਬੰਦ ਕਰ ਦੇਣਗੇ ਬਾਅਦ ਨੂੰ ਇੱਕਦਮ 6 ਮਹੀਨੇ ਦੇ ਇੰਨਾ ਵੱਡਾ ਬਿੱਲ ਆਊਗਾ ਕਿ ਸਾਰਿਆਂ ਦੀ ਲੱਕ ਜਿੰਨੀ ਕੀ ਬਚੀ ਹੋਈ ਉਹ ਵੀ ਰਹਿ ਜੋਗੀ ਦੀਵਾਲੀ ਤੋਂ 2 ਦਿਨ ਪਹਿਲਾਂ ਮੰਗਲਵਾਰ ਨੂੰ ਰਾਸ਼ਟਰੀ ਰਾਜਸਥਾਨੀ ਖੇਤਰ ਦੀ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿੱਚ ਪਹੁੰਚ ਗਈ ਹੈ ਤੇ ਸੋਮਵਾਰ ਰਾਤ ਇਸ ਸੀਜ਼ਨ ਦੀ ਸਭ ਤੋਂ ਸਰਦ ਰਹੀ ਮੌਸਮ ਵਿਭਾਗ ਨੇ ਦੱਸਿਆ ਕਿ ਰਾਜਸਥਾਨ ਦੇ ਚਪਾਰਾ 13.6 ਡਿਗਰੀ ਸੈਲਸੀਅਸ ਤੱਕ ਖਿਸਕ ਗਿਆ ਜੋ ਆਮ ਤੋਂ 2 ਡਿਗਰੀ ਹੇਠ ਹੈ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ 314 ਰਿਹਾ ਤੇ ਦਿੱਲੀ ਰਾਸ਼ਟਰੀ ਰਾਜਸਥਾਨੀ ਖੇਤਰ ਵਿੱਚ ਪ੍ਰਦੂਸ਼ਣ ਕਾਰਨ ਬੁੱਧਵਾਰ ਤੇ ਵੀਰਵਾਰ ਨੂੰ ਹਵਾ ਦੀ ਗੁਣਵੱਤਾ ਬੇहद ਖਰਾਬ ਸਥਿਤੀ ਵਿੱਚ ਰਹੇਗੀ ਉੱਥੇ ਆਉਣ ਵਾਲੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਬੇहद ਖਰਾਬ ਸਥਿਤੀ ਵਿੱਚ ਰਹੇਗੀ ਪ੍ਰਾਲੀ 4.5 ਨਾਲ ਪੀਐਮ 2.5 ਦੀ ਮਾਤਰਾ ਮੰਗਲਵਾਰ ਤੇ ਬੁੱਧਵਾਰ ਨੂੰ 5% ਤੋਂ ਘੱਟ ਰਹੇ ਦੇ ਅਸਰ ਨੇ ਕਿਉਂਕਿ ਹਵਾ ਦਾ ਰੁਖ ਉਲਟੀ ਦਿਸ਼ਾ ਤੇ ਇਸ ਕਾਰਨ ਹਵਾ ਚ ਪ੍ਰਦੂਸ਼ਕਾਂ ਦੀ ਮਾਤਰਾ ਦੀ ਕਮੀ ਆ ਸਕਦੀ ਹੈ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1984 ਵਿੱਚ ਸਿੱਖ ਨਸਲ ਕੂਸ਼ੀ ਨੂੰ ਸਰਕਾਰ ਦੀ ਸ਼ੈਤੇ ਹੋਏ ਕਤਲ ਨੂੰ ਸ਼ਰਮਨਾਕ ਦੱਸਦੇ ਹੋਏ ਕਾਂਗਰਸ ਪਾਰਟੀ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੀ ਨਿਯੁਕਤੀ ਕੀਤੇ ਜਾਣ ਤੇ ਸਵਾਲ ਖੜੇ ਕੀਤੇ ਸਨ ਜਥੇਦਾਰ ਨੇ ਸਿੱਖ ਨਸਲ ਕੂਸ਼ੀ ਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਤੇ ਪੁਜੰਗੀਆਂ ਨੂੰ ਵੀ ਯਾਦ ਕੀਤਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1 ਦੋ ਤੇ 3 ਨਵੰਬਰ ਨੂੰ ਆਜ਼ਾਦ ਭਾਰਤ ਵਿੱਚ ਦਿੱਲੀ ਸਮੇਤ ਬਹੁਤ ਸਾਰੇ ਭਾਰਤ ਦੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਸੀ ਤੇ ਕੁਝ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ ਜਥੇਦਾਰ ਨੇ ਕਿਹਾ ਕਿ ਅੱਜ ਸਿੱਖ ਕੌਮ ਸਿੱਖ ਨਸਲਕੁਸ਼ੀ ਵਿੱਚ ਵਿਛੜੇ ਭੈਣ ਭਰਾਵਾਂ ਬੱਚਿਆਂ ਨੂੰ ਯਾਦ ਕਰ ਰਹੇ ਨੇ ਉਸੇ ਦੌਰਾਨ ਉਸੇ ਹੀ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਆਗੂ ਨੂੰ ਅਹੁਦਾ ਦੇਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਲਗਾਉਣ ਦਾ ਕੰਮ ਕੀਤਾ ਗਿਆ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ 1 2 3 ਨਵੰਬਰ ਨੂੰ ਆਜ਼ਾਦ ਭਾਰਤ ਦੇ ਅੰਦਰ ਜਿਹੜਾ ਦੁਨੀਆ ਦਾ ਆਪਣੇ ਆਪ ਨੂੰ ਸਭ ਤੋਂ ਵੱਡਾ ਡੈਮੋਕਰੇਟਿਕ ਕੰਟਰੀ ਅਖਵਾਉਂਦਾ ਹੈ ਦਿੱਲੀ ਦੇ ਵਿੱਚ ਬਕਾਰੋ ਦੇ ਵਿੱਚ ਕਾਨਪੁਰ ਦੇ ਵਿੱਚ ਤੇ ਹੋਰ ਬਹੁਤ ਸਾਰੇ ਭਾਰਤ ਦੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਸੀ ਇਸਤਰੀਆਂ ਨਾਲ ਬਲਾਤਕਾਰ ਕੀਤੇ ਸਿੱਖਾਂ ਦੀ ਜਾਇਦਾਦ ਲੁੱਟੀ ਗਈ ਔਰ ਸਾਰਾ ਕੁਝ ਸਰਕਾਰੀ ਸਰਪ੍ਰਸਤੀ ਦੇ ਵਿੱਚ ਹੋਇਆ ਜੋ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਦਿੱਲੀ ਦੇ ਅੰਦਰ ਉਹਦੀ ਸਰਪ੍ਰਸਤੀ ਦੇ ਵਿੱਚ ਇਹ ਸਾਰਾ ਕੁਝ ਹੋਇਆ ਐਡੇ ਵੱਡੇ ਡੈਮੋਕਰੈਟਿਕ ਮੁਲਕ ਦੇ ਅੰਦਰ ਰਾਜ ਕਰ ਰਹੀ ਸਰਕਾਰ ਤੇ ਰਾਜ ਕਰ ਰਹੀ ਪਾਰਟੀ ਦੀ ਸ਼ੈ ਦੇ ਉੱਤੇ ਕਤਲਿਆਮ ਹੋਣਾ ਨਸਲਕੁਸ਼ੀ ਹੋਣੀ ਇਸ ਤੋਂ ਵੱਧ ਮਾਰਾ ਕੋਈ ਹੋ ਨਹੀਂ ਸਕਦਾ ਹੈ। ਔਰ ਅੱਜ ਜਦੋਂ ਅਸੀਂ 1 2 3 ਨਵੰਬਰ ਨੂੰ ਉਸ ਨਸਲ ਕੁਸ਼ੀ ਦੇ ਵਿੱਚ ਜਿਹੜੇ ਵਿਛੜੇ ਸਾਡੇ ਭੈਣ ਭਰਾ ਬਜ਼ੁਰਗ ਮਾਤਾਵਾ ਪੈਣਾ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਸੇ ਹੀ ਨਸਲ ਕੁਸ਼ੀ ਦੇ ਦੋਸ਼ੀ ਇੱਕ ਕਾਂਗਰਸੀ ਆਗੂ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਉੱਚਾ ਅਹੁਦਾ ਦੇਣਾ ਇਹ ਮੈਂ ਸਮਝਦਾ ਕਿ ਸਿੱਖਾਂ ਦੇ ਉੱਤੇ ਇੱਕ ਜ਼ਖਮਾਂ ਦੇ ਉੱਤੇ ਲੂਣ ਪੁੱਕਣ ਵਾਲੀ ਗੱਲ ਹੋਈ ਹੈ। ਇਹਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸੀ ਕਤਲੇਆਮ ਦੇ ਜ਼ਖਮ 37 ਸਾਲਾਂ ਬਾਅਦ ਵੀ ਅਰੇ ਭਰੇ ਨਹੀਂ ਨੇ ਤੇ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਕੌਮ ਨੂੰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼ੋਮਨੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਉਹਨਾਂ ਕਿਹਾ ਕਿ ਨਵੰਬਰ 1984 ਵਿੱਚ ਤਤਕਾਲੀ ਕਾਂਗਰਸ ਸਰਕਾਰ ਦੀ ਸ਼ੈਤ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਿਸ ਨੇ ਦੁਨੀਆ ਦੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਹਿਲਾ ਕੇ ਰੱਖ ਦਿੱਤਾ। ਦੇਖੋ ਇਹ ਸਾਡੀ ਤਰਾਸਦੀ ਹੈ। ਇਹ ਤਕਰੀਬਨ 37 ਬਰੇ ਹੋ ਗਏ ਆ 37 ਬਰਿਆਂ ਦੇ ਵਿੱਚ ਅੱਜ ਤੱਕ ਸਰਕਾਰਾਂ ਜਾਂ ਜੁਡੀਸ਼ਰੀ ਜਿਹੜੀ ਹੈ ਸਰੂ ਇਨਸਾਫ ਨਹੀਂ ਦੇ ਸਕੇ ਅੱਜ ਵੀ ਜਦੋਂ ਇੰਨੇ ਸਾਲਾਂ ਬਾਅਦ ਵੀ ਉਹਨਾਂ ਵਿਅਕਤੀਆਂ ਨਾਲ ਉਹਨਾਂ ਪਰਿਵਾਰਾਂ ਨਾਲ ਗੱਲ ਕਰੀਏ ਤੇ ਉਹਨਾਂ ਦੇ ਹੰਝੂ ਨਹੀਂ ਚੱਲੇ ਜਾਂਦੇ ਉਹਨਾਂ ਦੀ ਪੀੜਾ ਫਿਰ ਉਸੇ ਤਰ੍ਹਾਂ ਤਾਜ਼ੀ ਹੋ ਜਾਂਦੀ ਹੈ ਜਿਹੜੀ ਅੱਜ ਤੋਂ 37 ਸਾਲ ਪਹਿਲਾਂ ਹੋਈ ਸੀ ਸੋ ਲੱਗਦਾ ਹੈ ਕਿ ਇਹ ਸਰਕਾਰਾਂ ਜਿਹੜੀਆਂ ਇਹ ਜਾਣ ਬੁੱਝ ਕੇ ਜਿਹੜਾ ਉਸ ਵੇਲੇ ਕਤਲੇਆਮ ਕਰਾਇਆ ਸੀ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਅੱਗੇ ਹੋ ਕੇ ਕਰਵਾਇਆ ਸੀ ਜਗਦੀਸ਼ ਟਾਈਟਲਰ ਨੂੰ ਤੁਸੀਂ ਦੇਖ ਲਓ ਅੱਜ ਉਹਨੂੰ ਪਾਰਟੀ ਦੇ ਵਿੱਚ ਅਹਿਮ ਥਾਂ ਦਿੱਤੀ ਗਈ ਹੈ ਇਹ ਥਾਵੇਂ ਤਾਂ ਦਿੱਤੀਆਂ ਜਾਂਦੀਆਂ ਕਿ ਉਸ ਵੇਲੇ ਰਾਜੀਵ ગાંધી ਨੇ ਇਹਨਾਂ ਨੂੰ ਅੱਗੇ ਲਾ ਕੇ ਸਾਰਾ ਕੁਝ ਆਪ ਕਰਾਇਆ ਸੀ ਗਿਣਿਆ ਮਥਿਆ ਸਾਜ਼ਿਸ਼ ਸੀ ਗਿਣੀ ਮਥੀ ਸਾਜ਼ਿਸ਼ ਦੇ ਸਾਜ਼ਿਸ਼ ਦੇ ਤਹਿਤ ਇਹ ਲੋਕਾਂ ਦਾ ਐਡਾ ਵੱਡਾ ਕਾਹਨ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜ਼ੁਲਮ ਕਰਨਾ ਛੇ ਕਾਤਾ ਸਭ ਟੈਟਰੀ ਕਰਨਾ ਇੱਥੇ ਅਨੇਕਾਂ ਅਨੁਸ਼ੀਲ ਕਰ ਦੇਣਾ ਸੱਜ ਜਰਨੈਲ ਸਿੰਘ ਜੀ ਪਿੰਡਰਾ ਵਾਲਾ ਵਰਗੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਭਾਈ ਅਮਰੀਕ ਸਿੰਘ ਜੀ ਤੇ ਬਾਬਾ 18 ਸਿੰਘ ਜੀ ਵਰਗੀਆਂ ਸ਼ਖਸੀਅਤਾਂ ਇੱਥੇ ਸ਼ਹੀਦ ਹੋਈਆਂ ਸੋ ਮੈਂ ਸਭੀ ਦੀਆਂ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਣਾਉਣ ਆਏ ਸੀ ਉਦੋਂ ਵੀ ਸ਼ਹਾਦਤਾਂ ਹੋਈਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਫੇਰ ਉਸੇ ਸੰਤਾਪ ਨੂੰ ਦੁਹਰਾ ਰਹੀਆਂ ਜਿਹੜਾ ਸੰਤਾਪ ਅਜ ਤੋਂ 37 ਸਾਲ ਪਹਿਲਾਂ ਬੀਟੀਐ ਸ਼੍ਰੀ ਕਾਲਕ ਕਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਉੱਥੇ ਉਹਨਾਂ ਕਿਹਾ ਕਿ ਸ਼ੋਮਨੀ ਕਮੇਟੀ ਵੱਲੋਂ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤਾਂ ਵੱਲੋਂ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗਵਾਲੀਅਰ ਦੇ ਕਿਲੇ ਤੋਂ ਆਮਦ ਦੀ ਖੁਸ਼ੀ ਅੰਦਰ ਬੰਦੀ ਛੋੜ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਭਾਰੀ ਸਮਾਰਗਮ ਕੀਤੇ ਜਾ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਥਾਨਾਂ ਤੇ ਸਮਾਰਗਮ ਕੀਤੇ ਜਾ ਰਹੇ ਹਨ ਉਥੇ ਸਿੱਖ ਸੰਗਤਾਂ ਪੂਰੇ ਵਿਸ਼ਵ ਭਰ ਦੇ ਅੰਦਰ ਇਹ ਬੰਦੀ ਛੋੜ ਦਿਵਸ ਜਿਹੜਾ ਹੈ ਆਪਣੇ ਘਰਾਂ ਦੇ ਅੰਦਰ ਗੁਰੂ ਘਰਾਂ ਅੰਦਰ ਮਨਾਉਂਦੀਆਂ ਹਨ ਸਮੂਚੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਿਕ ਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਇਤਿਹਾਸਿਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗਵਾਲੀਅਰ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੈ ਅੱਜ ਜਲੰਧਰ ਪਹੁੰਚਿਆ ਪੰਜਾਬ ਦੀ ਸਰਕਾਰੀ ਕਾਲਜਾਂ ਵਿੱਚ ਬਤੌਰ ਗੈਸਟ ਫੈਕਲਟੀ ਸਿਵਾਵਾਂ ਦੇ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁੱਲ ਵਜਾ ਦਿੱਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਨਾ ਕਾਲਜਾਂ ਵਿੱਚ ਇੱਕ 1091 ਪੋਸਟਾਂ ਤੇ ਨਵੀਂ ਭਰਤੀ ਕਰਨ ਤੋਂ ਪਹਿਲਾਂ ਉਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਫਿਰ ਉਹ ਸਰਕਾਰ ਖਿਲਾਫ ਹੋਰ ਸੰਘਰਸ਼ ਕਰਨਗੇ ਪਟਿਆਲਾ ਮੀਡੀਆ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਯੂਨੀਅਨ ਦੇ ਆਗੂ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੁੱਲ 906 ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਨੇ ਜਿਸ ਵਿੱਚੋਂ 400 ਦੇ ਕਰੀਬ ਰੈਗੂਲਰ ਹੋਣ ਲਈ ਯੋਗਤਾ ਪੂਰੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਾਡੀ ਸੁਣਵਾਈ ਕਰਨ ਤੇ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦੀ ਥਾਂ ਤੇ 1091 ਪੋਸਟਾਂ ਤੇ ਨਵੀਂ ਭਰਤੀ ਲਈ ਇਸ਼ਤਿਹਾਰ ਜਾਰੀ ਇਹ ਤਾਂ ਜੋ ਨਾਲ ਸਰਾਸਰ ਤੱਕਿਆ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਸ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਜੋ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਅਧੀਨ ਚੱਲ ਰਹੀ ਹੈ ਫਤਿਹਗੜ੍ਹ ਸਾਹਿਬ ਵਿੱਚ ਵਿਵਾਦਾਂ ਵਿੱਚ ਘਿਰ ਕੇ ਰਹਿ ਗਈ ਹੈ ਜਿੱਥੇ ਵਿਅਕਤੀ ਦੇ ਮਰ ਜਾਣ ਉਪਰੰਤ ਹੀ ਵਿਭਾਗ ਵੱਲੋਂ 2 ਰੁਪਏ ਪ੍ਰਤੀ ਕਿਲੋ ਵੰਡੀ ਜਾਣ ਵਾਲੀ ਕਣਕ ਦੀਆਂ ਪਰਚੀਆਂ ਕੱਟ ਕੇ ਕਣਕ ਕਢਵਾਈ ਜਾ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਤੱਕ ਵੀ ਨਹੀਂ ਹੈ ਤੇ ਇਸ ਮਾਮਲੇ ਨੂੰ ਸਰਹੰਦ ਦੇ ਵਾਰਡ ਨੰਬਰ 13 ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰਮੇਸ਼ ਕੁਮਾਰ ਵੱਲੋਂ ਮਾਮਲੇ ਉਚਪਦਰੀ ਜਾਂਚ ਦੀ ਮੰਗ ਕੀਤੀ ਹੈ। ਅਦਾਰਾ ਚਰਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਚਰਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਵਿੱਚ ਚੰਡੀਗੜ੍ਹ ਤੋਂ ਦੀਪਕ ਸ਼ਰਮਾ, ਰੋਪੜ ਤੋਂ ਅਮਿਤ ਅਰੋੜਾ, ਦੇਵਿਗੜ੍ਹ ਤੋਂ ਗੁਰਜੀਤ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਚਰਦੀ ਕਲਾ ਟਾਈਮ ਟੀਵੀ ਦੇ ਚੈਨਲ ਹੈੱਡ ਸਾਹਿਬ ਸਿੰਘ ਵੀ ਮੌਜੂਦ ਰਹੇ। ਜੇ ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ